ਤੇ ਕਿੱਦਾਂ ਦੋਸਤੋ, ਹੋਪ ਕਰਦਾ ਤੁਸੀਂ ਸਾਰੇ ਵਧੀਆ ਹੋਗੇ। ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਦਿਲਜੀਤ ਦੋਸਾਂਝ ਦੇ US ਵਿੱਚ ਹੋਣ ਵਾਲੇ ਕੁਚੈਲਾ ਸ਼ੋਅ ਦੇ ਬਾਰੇ, ਜਿੰਦੇ ਵਿੱਚ ਕਿ ਕਰਨ ਔਜਲਾ ਵੀ ਪਹੁੰਚ ਗਿਆ। ਕਰਨ ਔਜਲਾ ਨੇ ਆਪਦੇ ਇੰਸਟਾਗ੍ਰਾਮ ਦੇ ਆਫੀਸ਼ੀਅਲ ਅਕਾਊਂਟ ਤੇ ਸਟੋਰੀ ਪਾਈ, ਜਿੰਦੇ ਵਿੱਚ ਦਿਲਜੀਤ ਦੋਸਾਂਝ ਨੂੰ ਮੈਂਸ਼ਨ ਕਰਦੇ ਹੋਏ ਲਿਖਿਆ ਕਿ ਹਿਸਟਰੀ ਬਣਾਉਣ ਜਾ ਰਿਹਾ ਸਾਡਾ ਦੋਸਾਂਝਾਂ ਵਾਲਾ। ਫਿਰ ਉਸ ਤੋਂ ਅਗਲੀ ਸਟੋਰੀ ਦੇ ਵਿੱਚ ਦਿਲਜੀਤ ਗਾਣਾ ਗਾ ਰਿਹਾ, ਕਰਨ ਔਜਲਾ ਤੇ ਦਿਲਜੀਤ ਦਾ ਗਾਣਾ ਗੋਟ ਸਕਰੀਨ ਰਿਕਾਰਡ ਕਰਕੇ ਸਟੋਰੀ ਸ਼ੇਅਰ ਕੀਤੀ, ਜਿੱਥੇ ਗੋਟ ਗਾਣਾ ਚੱਲਦਾ ਪਿਆ ਕਰਨ ਔਜਲਾ ਤੇ ਦਿਲਜੀਤ ਦਾ। ਕੋਚੇਲਾ US ਦਾ ਮਿਊਜ਼ਿਕ ਫੈਸਟੀਵਲ ਹੈ, ਜਿੰਦੇ ਚ ਕਿ ਦਿਲਜੀਤ ਦੋਸਾਂਝ ਫਸਟ ਮਿਊਜ਼ਿਕ ਆਰਟਿਸਟ ਹੈਗਾ ਜਿਹੜਾ ਕਿ ਏਸ਼ੀਆ ਤੋਂ ਉਹਦੇ ਚ ਪਰਫਾਰਮ ਕਰ ਰਿਹਾ, ਸਪੈਸ਼ਲੀ ਪੰਜਾਬ ਤੋਂ। ਬਾਕੀ ਮੇਰੀ ਜਾਨ ਹਨੀ ਸਿੰਘ ਤੇ ਐਮੀਵੇ ਬੰਟਾਈ ਵੀ ਕੱਲ ਇਕੱਠੇ ਸਪੋਰਟ ਹੋਏ ਨੇ ਹਨੀ ਸਿੰਘ ਦੇ ਲਾਈਵ ਕਾਨਸਰਟ ਤੇ। ਹਨੀ ਸਿੰਘ ਐਮੀਵੇ ਨੂੰ ਸ਼ਾਊਟ ਆਊਟ ਦਿੰਦੇ ਹੋਏ ਕਹਿ ਰਿਹਾ ਕਿ ਫਿਊਚਰ ਇਜ਼ ਹਿਮ, ਫਿਊਚਰ ਇਜ਼ ਹਿਮ ਮਾਈ ਬ੍ਰਦਰ। ਪਾਦਸ਼ਾਹ ਇੰਟੈਂਸ ਮਿਊਜ਼ਿਕ ਤੇ ਨਿਮਰਤ ਖਹਿਰਾ ਨੇ ਵੀ ਦਿਲਜੀਤ ਦੋਸਾਂਝ ਦੀ ਕੁਚੈਲਾ ਪਰਫਾਰਮੈਂਸ ਨੂੰ ਆਦੀ ਇੰਸਟਾ ਤੇ ਸਟੋਰੀਆਂ ਤੇ ਸ਼ੇਅਰ ਕੀਤਾ। ਬਾਕੀ ਮੇਰੀ ਜਾਨ, ਤੁਸੀਂ ਇਸ ਬਾਰੇ ਕੀ ਕਹਿੰਦੇ ਥੱਲੇ ਕਮੈਂਟਾਂ ਜ਼ਰੂਰ ਦੱਸਿਆ ਜੇ। ਮਿਲਦੇ ਹਾਂ ਕਿਸੇ ਨੈਕਸਟ ਵੀਡੀਓ, ਤਦ ਤੱਕ ਲਵ ਯੂ ਗਾਇਜ਼।